ਅਲਬ ਨਾਲ-ਨਾਲ ਥੋੜਾ-ਥੋੜਾ ਲੈਫਟ ਨੂੰ ਟ੍ਰੇਲਰ ਕੱਟੇ ਚੱਲੋ ਤਾਂ ਕਿ ਬਾਹਲਾ ਇਧਰ ਨੂੰ ਵੀ ਨਾ ਆ ਜੇ। ਸੋ ਐ ਜੇ ਆਪਾਂ ਨੂੰ ਲੱਗਦਾ ਵੀ ਆਪਣੇ ਆਹ ਟ੍ਰੇਲਰ ਨਾਲ ਲੱਗ ਰਿਹਾ ਆ ਆਪਦੇ ਡਰਾਈਵਰ ਵਾਲੇ ਪਾਸੇ ਤਾਂ ਲੈਫਟ ਨੂੰ ਕੱਟ ਦੇਣਾ। ਹੁਣਾਂ ਨੂੰ ਲੱਗਿਆ ਬਾਹਲਾ ਹੀ ਆ ਗਿਆ ਫਿਰ ਆਪਾਂ ਐਲ ਤੋੜ ਦੇਣੀ ਆ। ਐਲ ਟੁੱਟੂਗੀ ਤਾਂ ਸਟੇਡੀ ਟ੍ਰੇਲਰ ਦੀ ਪੂਛ ਹੁੰਦੀ ਆ ਉਹ ਸੱਜੇ ਟ੍ਰੇਲਰ ਕੋਲੇ ਮਰ ਜਿਹੜਾ ਮੰਗਰ ਟ੍ਰੇਲਰ ਖੜਾ ਉਹਦੇ ਬਾਣੀ ਵੱਧ ਆ ਜੂ। ਲਓ ਜੀ ਹੁਣ ਆਪਾਂ ਫੇਰ ਪਿੱਛੇ ਲਿਆਉਣਾ। ਜੇ ਆਪਾਂ ਨੂੰ ਲੱਗਦਾ ਸੱਜੇ ਪਾਸੇ ਵੱਧ ਜਾ ਰਿਹਾ ਟ੍ਰੇਲਰ ਤਾਂ ਸੱਜੇ ਪਾਸੇ ਨੂੰ ਜਿਆਦਾ ਘੱਟ ਦੋ ਤਾਂ ਕਿ ਉਰਲੇ ਪਾਸੇ ਆ ਜੇ ਜੇ ਉਰਲੇ ਪਾਸੇ ਬਾਹਲਾ ਆ ਰਿਹਾ ਤਾਂ ਉਰਲੇ ਪਾਸੇ ਜਿਆਦਾ ਸ਼ੇਰਿੰਗ ਘੱਟ ਦੋ ਤਾਂ ਪਰਾਂ ਨੂੰ ਬਗ ਜੂ ਸੋ ਆਪਾਂ ਨੂੰ ਲੱਗਦਾ ਹੁਣ ਵੀ ਆਪਣਾ ਖੱਬੇ ਪਾਸੇ ਵੱਧ ਜਾ ਰਿਹਾ ਆਪਣਾਲੇ ਪਾਸੇ ਤਾਂ ਖੱਬੇ ਨੂੰ ਸ਼ੇਰਿੰਗ ਕੱਟਿਆ ਗਿਆ ਟਰੱਕ ਉਧਰ ਨੂੰ ਹੋ ਗਿਆ ਹੁਣ ਜੇ ਆਪਾਂ ਨੂੰ ਸੱਜੇ ਲੱਗਦਾ ਬਾਹਲਾ ਸੱਜੇ ਨੂੰ ਕੱਟ ਦੋ ਸੱਜੇ ਤੋਂ ਵੀਰ ਇੱਧਰ ਆ ਜੂ ਸੋ ਇਹੀ ਫਾਰਮ